ਇੱਕ ਵਾਰ ਨਾ ਇੱਕ ਜੰਗਲ ਦੇ ਵਿੱਚ ਇੱਕ ਗੁਰੂਖਤੇ ਇੱਕ ਕਬੂਤਰ ਤੇ ਕਬੂਤਰੀ ਰਿਹਾ ਕਰਦੇ ਸੀ ਕਬੂਤਰ ਤੇ ਕਬੂਤਰੀ ਦਾ ਜੋ ਆਲਣਾ ਸੀ ਉਹ ਬੜਾ ਜ਼ਿਆਦਾ ਪੁਰਾਣਾ ਹੋ ਗਿਆ ਸੀ ਤੇ ਕਬੂਤਰੀ ਕਹਿੰਦੀ ਵੀ ਹੁਣ ਆਪਣੇ ਬੱਚੇ ਆ ਜਾਣੇ ਇਸ ਕਰਕੇ ਆਪਾਂ ਨਵਾਂ ਆਲਣਾ ਬਣਾ ਲਈਏ ਕਹਿੰਦੇ ਉਹਨਾਂ ਇੱਕ ਮਹੀਨੇ ਦੀ ਮਿਹਨਤ ਲਾ ਕੇ ਤੇ ਇੱਕ ਨਵਾਂ ਆਲਣਾ ਬਣਾਇਆ ਕਹਿੰਦੇ ਆਲਣਾ ਬੜਾ ਸੋਹਣਾ ਤੇ ਬੜਾ ਵੱਡਾ ਸਾਰਾ ਬਣਾਇਆ ਪਰ ਕਹਿੰਦੇ ਇੱਕ ਬਾਜ ਆਇਆ ਤੇ ਉਹਨੇ ਉਹਨਾਂ ਦਾ ਆਲਣਾ ਜਿਹੜਾ ਸੀ ਉਹ ਤੀਲਾ-ਤੀਲਾ ਕਰਕੇ ਤੇ ਥੱਲੇ ਵਗਾ ਛੱਡਿਆ ਕਹਿੰਦੇ ਉਸ ਦਿਨ ਕਬੂਤਰੀ ਇੱਕ ਦੂਰ ਬੈਠ ਕੇ ਇਹ ਸਾਰਾ ਕੁਝ ਹੁੰਦਿਆ ਵੇਖ ਰਹੀ ਸੀ ਜਦੋਂ ਬਾਜ ਉੱਡ ਗਿਆ ਕੋਲ ਆ ਕੇ ਬੜੀ ਉੱਚੀ-ਉੱਚੀ ਰੋਣ ਲੱਗੀ ਕਹਿੰਦੇ ਇੰਨੇ ਨੂੰ ਕਬੂਤਰ ਵੀ ਆ ਗਿਆ ਕਬੂਤਰ ਕਿੰਦਾ ਵੀ ਕਿਉਂ ਰੋਂਦੀ ਹੈ ਕਹਿੰਦੀ ਵੀ ਦੇਖ ਆਪਾਂ ਇੰਨਾ ਇੱਕ ਮਹੀਨਾ ਲਾ ਕੇ ਮਿਹਨਤ ਕਰਕੇ ਆਪਣਾ ਆਲਣਾ ਬਣਾਇਆ ਸੀ ਬਾਜ ਆਇਆ ਤੇ ਇਹਨੂੰ ਇੱਕ ਇੱਕ 3 ਲੱਖ ਕਰਕੇ ਖੇਰੂ ਖੇਰੂ ਕਰਕੇ ਤੇ ਸੁੱਟ ਕੇ ਉਹ ਪੱਜ ਗਏ ਅਗੋ ਕਬੂਤਰ ਕਿੰਦਾ ਚਲ ਕੋਈ ਨਾ ਇਹਦੇ ਵਿੱਚ ਵੀ ਨਾ ਪਰਮਾਤਮਾ ਦੀ ਕੋਈ ਰਜਾ ਹੋਣੀ ਏ ਤਾਂ ਕਰਕੇ ਇਹ ਸਭ ਕੁਝ ਹੋਇਆ ਤੂੰ ਪਰਮਾਤਮਾ ਦੇ ਵਿਸ਼ਵਾਸਕ ਜੋ ਹੁੰਦਾ ਚੰਗੇ ਲਈ ਹੁੰਦਾ ਅਗੋ ਕਬੂਤਰੀ ਕਹਿੰਦੀ ਪਿਸਵਾ ਚੰਗੇ ਲਈ ਹੁੰਦਾ ਮਹੀਨਾ ਹੋ ਗਿਆ ਆਪਾਂ ਤਿੰਨ ਕ ਤਿੰਨ ਕ ਕਰਕੇ ਇਹ ਆਪਾਂ ਆਪਣਾ ਆਲਣਾ ਬਣਾਇਆ ਸੀ ਹੋਰ ਤੇ ਹੋਰ ਹੁਣ ਕੌਜੀ ਸਮਾਂ ਰਹਿ ਗਿਆ ਤੇ ਇਸ 'ਚ ਮੈਂ ਆਪਣੇ ਬੱਚਿਆਂ ਨੂੰ ਜਨਮ ਦੇਣਾ ਸੀ ਤੇ ਹੁਣ ਦੇਖ ਆਪਾਂ ਬੇਕਾਰ ਹੋ ਗਏ ਇੱਚ ਚੰਗਾ ਕੀ ਹੋਇਆ ਅਗੋਂ ਕਬੂਤਰ ਨੇ ਕਿਹਾ ਦੇਖ ਜੋ ਹੁੰਦਾ ਚੰਗੇ ਲਈ ਹੁੰਦਾ ਚਲ ਮੈਂ ਤੈਨੂੰ ਗੱਲ ਦੱਸਦਾ ਤੇ ਤੂੰ ਆਪ ਸੁਣ ਕੇ ਕਹੇਂਗੀ ਜੋ ਹੁੰਦਾ ਚੰਗੇ ਲਈ ਹੁੰਦਾ ਕਹਿੰਦੇ ਇੱਕ ਨਾ ਪਿੰਡ ਸੀ ਉਹ ਪਿੰਡ ਦੇ ਵਿੱਚ ਨਾ ਇੱਕ ਮਨੁੱਖ ਤੇ ਆਪਣੀ ਘਰ ਵਾਲੀ ਤੇ ਤਿੰਨ ਆਪਣੀ ਜਵਾਕੜੀਆਂ ਦੇ ਨਾਲ ਰਿਹਾ ਕਰਦਾ ਸੀ ਉਹ ਦਿਹਾੜੀ ਧੱਪਾ ਕਰਕੇ ਤੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸੀ ਕਿੰਦੇ ਕੁਝ ਸਮਾਂ ਲੰਘਿਆ ਤੇ ਉਹਦੀ ਜੋ ਸੀ ਉਹ ਆਕਾਲ ਚਲਾਨੇ ਕਰਕੇ ਹੁਣ ਘਰ ਵਾਲੀ ਤੇ ਤਿੰਨ ਜਵਾਕੜੀਆਂ ਜਿਹੜੀਆਂ ਸਨ ਉਹ ਰਹਿ ਗਈਆਂ ਹੁਣ ਘਰ ਵਾਲੀ ਬੜੀ ਔਖੀ ਨਾ ਆਪਣਾ ਕਿਤੇ ਨਾ ਕਿਤੇ ਦਿਹਾੜੀ ਦਾ ਪਾ ਕਰਕੇ ਤੇ ਤਿੰਨਾਂ ਕੁੜੀਆਂ ਨੂੰ ਪਾਲ ਲੰਦੀ ਸੀ ਕਿੰਦੇ ਇੱਕ ਮਹੀਨੇ ਦਾ ਸਮਾਂ ਹੀ ਲੰਘਿਆ ਤੇ ਉਹ ਵੀ ਆਕਾਲ ਚਲਾਨੇ ਕਰਕੇ ਧੀਆਂ ਨਾ ਕੋਈ ਉਹਦੇ ਮੂੰਹ ਨਾਲ ਕੋਈ ਉਹਦੇ ਲੱਤਾਂ ਨਾਲ ਕੋਈ ਉਹਦੇ ਢਿੱਡ ਨਾਲ ਲਾ ਕੇ ਬੁਰੇ ਹਾਲ ਦੇ ਨਾਲ ਰੋਂਦੀ ਸੀ ਕਿੰਦੇ ਇੰਨੇ ਨੂੰ ਇੱਕ ਜੋ ਜਮ ਆਉਂਦਾ ਹੈ ਉਹਦੇ ਕੋਲ ਆ ਕੇ ਤੇ ਉਹਦੇ ਸਵਾਸ ਲੈਣ ਲਈ ਲੱਗਦਾ ਹੈ ਕਿੰਦਾ ਤੇ ਉਹ ਵਾਪਸ ਚਲਾ ਜਾਂਦਾ ਜਾ ਕੇ 임राज ਨੂੰ ਕਹਿੰਦਾ ਵੀ ਮੈਂ ਉਹਦੇ ਨਾਲ ਸਵਾਸ ਨਹੀਂ ਲੈ ਕੇ ਆ ਸਕਿਆ ਜਮ ਨੇ ਕਿਹਾ ਕਿਉਂ ਵੀ ਕਿੰਦਾ ਵੀ ਉਹਦਾ ਪਿਓ ਜਿਹੜਾ ਸੀ ਉਹਦੇ ਤੇ ਪਹਿਲਾਂ ਹੀ ਮੈਂ ਸਵਾਸ ਲੈ ਆਇਆ ਸੀ ਤੇ ਉਹਦੀ ਜਿਹੜੀ ਮਾਂ ਹੈ ਨਾ ਉਹਦੇ ਆਸੇ ਵੈਸੇ ਤਿੰਨੋਂ ਜਿਹੜੀਆਂ ਬਹਿ ਕੇ ਬੜਾ ਰੋਣ ਕਰ ਲਾਉਂਦੀਆਂ ਸਨ ਇਸ ਕਰਕੇ ਮੇਰੇ ਕੋਲ ਨਾਲ ਸਵਾਸ ਨਹੀਂ ਖਿੱਚੇ ਗਿਆ ਅਗੋਂ ਜਿਹੜਾ ਜੀ ਅੰਮ ਸੀ ਅਗੋਂ ਨੂੰ ਯਮਰਾਜ ਕਹਿੰਦਾ ਵੀ ਤੂੰ ਕੁਦਰਤ ਦੇ ਬਣਾਏ ਪਰਮਾਤਮਾ ਦੇ ਬਣਾਏ ਨਿਯਮ ਦੇ ਨਾਲ ਕਿਵੇਂ ਖਲਵਾੜ ਕਰ ਸਕਣਾ ਪਰਮਾਤਮਾ ਨੇ ਜੋ ਲਿਖਿਆ ਹੁੰਦਾ ਚੰਗੇ ਲਈ ਲਿਖਿਆ ਹੁੰਦਾ ਉਸ ਤੋਂ ਬਾਅਦ ਜੋ ਵੀ ਘਟਨਾ ਹੁੰਦਾ ਮਨੁੱਖ ਦੇ ਕਰਮਾ ਕਰਕੇ ਚੰਗਾ ਹੀ ਕੱਢਦਾ ਹਰ ਇੱਕ ਪਿੱਛੇ ਚੀਜ਼ ਪਿੱਛੇ ਕੁਝ ਨਾ ਕੁਝ ਚੰਗਾ ਹੀ ਲੁਕਿਆ ਹੁੰਦਾ ਤੇ ਤੂੰ ਪਰਮਾਤਮਾ ਨੂੰ ਚੁਣੌਤੀ ਦੇਂਦੀ ਹੈ ਕਹਿੰਦੇ ਤੈਨੂੰ ਇੰਨਾ ਜਿਉ ਉਹਨਾਂ ਨਾਲ ਵੀ ਮਨੁੱਖਾਂ ਨਾਲ ਇੰਨਾ ਦਿਨ ਉਹ ਹਿਰਖਾ ਨਾ ਇੰਨਾ ਦਿਨ ਉਹਨਾਂ ਦਾ ਦੁੱਖ ਲੱਗਦਾ ਨਾ ਜਾਂ ਤੂੰ ਧਰਤੀ ਤੇ ਹੀ ਹੁਣ ਰਹੇਂਗਾ ਨਾਲੇ ਉਹ ਕਿੰਦਾ ਵੀ ਚੱਲ ਮੈਂ ਧਰਤੀ ਤੇ ਤੇ ਚੱਲਣਾ ਫਿਰ ਮੈਨੂੰ ਦੱਸੋ ਵੀ ਮੇਰੀ ਧਰਤੀ ਤੋਂ ਖਲਾਸੀ ਕਦੋਂ ਹੋਏਗੀ ਵੀ ਮੈਂ ਤਾਂ ਧਰਤੀ ਤੇ ਨਹੀਂ ਰਹਿ ਸਕਦਾ ਇੰਨਾ ਸਮਾਂ ਕਹਿੰਦੇ ਤੇਰੀ ਖਲਾਸੀ ਉਦੋਂ ਹੋਏਗੀ ਜਦ ਤੂੰ ਧਰਤੀ ਤੇ ਰਹਿ ਕੇ ਤੂੰ ਤਿੰਨ ਵਾਰ ਆਪਣੀ ਮੂਰਖਤਾ ਤੇ ਆਪ ਹੱਸ ਲਿਆ ਨਾ ਵੀ ਪਰਮਾਤਮਾ ਜੋ ਕਰਦਾ ਠੀਕ ਕਰਦਾ ਮੈਂ ਮੂਰਖ ਸੀ ਤੇ ਮੂਰਖਤਾ ਕਰਕੇ ਹੱਸ ਪਿਆ ਉਸ ਦਿਨ ਤੂੰ ਉੱਪਰ ਆ ਜਾਏਗਾ ਕਹਿੰਦੇ ਠੀਕ ਹੈ ਹੌਣ ਕੀ ਹੁੰਦਾ ਵੀ ਹੋਰ ਕੋਈ ਜਮ ਜਾ ਕੇ ਤੇ ਉਹ ਉਹ ਨੂੰ ਥੱਲੇ ਤੱਕ ਆ ਦੇਉਂਦੇ ਨੇ ਹੁਣ ਵੇਖੋ ਜਦੋਂ ਕਿਸੇ ਦਾ ਜਨਮ ਹੁੰਦਾ ਤੇ ਉਹ ਬਿਨਾ ਕੱਪੜਿਆਂ ਤੋਂ ਹੀ ਹੁੰਦਾ ਉਵੇਂ ਉਹ ਜਿਹੜਾ ਸੀ ਇੱਕ ਹਸਾਬ ਦਾ ਉਹ ਧਰਤੀ ਤੇ ਜਨਮ ਹੀ ਹੋਇਆ ਸੀ ਤੇ ਉਹਨੂੰ ਵੀ ਬਿਨਾ ਕੱਪੜਿਆਂ ਤੋਂ ਧਰਤੀ ਦੇ ਥੱਲੇ ਤੱਕ ਆ ਦੇਤਾ ਕਹਿੰਦੇ ਠੰਡ ਦੇ ਦਿਨ ਸਨ ਉਹ ਇੱਕ ਪਾਸੇ ਬਹਿ ਕੇ ਤੇ ਕੰਬੀ ਜਾਂਦਿਆ ਸੀ ਕਹਿੰਦੇ ਇੰਨੇ ਨੂੰ ਨਾ ਇੱਕ ਮੋਚੀ ਉਥੋਂ ਲੰਘਦਾ ਉਹ ਅੱਜ ਕੋਈ ਬੜਾ ਵੱਡਾ ਉਹਨਾਂ ਦਾ ਤਿਉਹਾਰ ਹੁੰਦਾ ਤੇ ਇਸ ਕਰਕੇ ਕੱਪੜੇ ਲੱਤੇ ਆਪਣੇ ਜਵਾਕਾਂ ਲਈ ਮਠਿਆਈਆਂ ਲੈਣ ਲਈ ਜਾਂਦਿਆ ਹੁੰਦਾ ਉਹ ਦੇਖਦਾ ਇੱਕ ਮਨੁੱਖ ਜਿਹੜਾ ਹੈ ਨਾ ਉਹਦੇ ਤਾਂ ਤੇ ਕਪੜੇ ਵੀ ਨਹੀਂ ਤੇ ਇੰਨੀ ਠੰਡ ਵਿੱਚ ਉਹ ਕੰਬੰਦੇ ਉਹ ਕੀ ਕਰਦਾ ਉਹਦੇ ਨਾਲ ਉਸ ਮਨੁੱਖ ਦੇ ਕਪੜੇ ਖਰੀਦ ਲਿਆਉਂਦਾ ਤੇ ਇੱਕ ਕੰਬਲ ਖਰੀਦ ਕੇ ਉਹਨੂੰ ਦੇ ਦਿੰਦਾ ਕਪੜੇ ਪਵਾਤੇ ਤੇ ਕੰਬਲ ਉੱਤੇ ਦੇ ਦਿੱਤਾ ਕਹਿੰਦਾ ਵੀ ਤੇਰੇ ਕੋਲ ਰਹਿਣ ਲਈ ਕੋਈ ਥਾਂ ਹੈ ਕਿ ਉਹ ਕਹਿੰਦਾ ਨਹੀਂ ਉਹ ਕਹਿੰਦਾ ਚੱਲ ਤੂੰ ਮੇਰੇ ਨਾਲ ਚੱਲ ਵੀ ਮੇਰਾ ਕਾਰੋਬਾਰ ਹੈ ਤੇ ਤੂੰ ਅੱਜ ਕੰਮ ਚ ਮਦਦ ਕਰਦੀ ਕਰੀ ਉਹ ਕਹਿੰਦਾ ਜੀ ਠੀਕ ਹੈ ਜਦੋਂ ਘਰ ਲੈ ਕੇ ਗਿਆ ਤੇ ਪਤਨੀ ਕਹਿੰਦੀ ਵੀ ਦੋ ਬੱਚਿਆਂ ਨੂੰ ਨਵੇਂ ਕਪੜੇ ਪਾਈ ਆਪਾਂ ਸਾਰੇ ਤੇ ਮਠਿਆਈ ਦਿਓ ਆਪਾਂ ਖਾਈਏ ਉਹ ਤਾਂ ਦੱਸ ਤਾਂ ਵੀ ਉਹ ਜਿਹੜਾ ਸਾਹਮਣੇ ਮਨੋਖਾਇਆ ਮੈਂ ਉਹ ਕੰਮ ਦਾ ਪਿਆਸੀ ਮੈਂ ਸਾਰੇ ਕੱਪੜੇ ਲੈ ਕੇ ਉਹਨੂੰ ਦੇ ਦਿੱਤੇ ਨੇ ਉਹਨੇ ਪੈਸਿਆਂ ਦੇ ਹੋਰ ਪੈਸੇ ਮੇਰੇ ਕੋਲ ਹੈ ਨਹੀਂ ਤੇ ਜੋ ਕਰੀਜਾ ਪੱਕਿਆ ਉਹ ਖਾ ਲੋ ਤੇ ਇੱਕ ਥਾਲੀ ਵਿੱਚ ਮੈਨੂੰ ਵੀ ਪਾ ਕੇ ਦੇ ਤੋ ਉਹਨਾਂ ਬੜੀ ਜ਼ੋਰ ਜ਼ੋਰ ਕੀ ਚੀਕਣ ਲੱਗ ਜਾਂਦੀ ਏ ਕਹਿੰਦੀ ਆਪਣੇ ਜਵਾਕਾਂ ਦਾ ਤਾਂ ਵੇਖ ਲਿਆ ਕਰ ਉਹ ਸਵੇਰ ਦੇ ਵਿਚਾਰੇ ਮੂੰਹ ਤੱਕੰਦੇ ਨੇ ਵੀ ਕੋਦੋਂ ਕੁਝ ਖਾਣ ਨੂੰ ਆਏਗਾ ਤੈਨੂੰ ਹੋਰਾਂ ਦੀ ਸੇਵਾ ਦੀ ਪਹਿ ਜਾਂਦੀ ਏ ਪਹਿਲਾਂ ਘਰ ਦਾ ਤੇ ਤੱਕ ਲਿਆ ਕਰ ਉਹਨਾਂ ਨਾਲ ਬੜੀ ਉੱਚੀ ਉੱਚੀ ਲੜੀ ਕੇ ਉਨੇ ਥਾਲੀ ਵਿੱਚ ਰੋਟੀ ਪਾ ਕੇ ਦਿੱਤੇ ਦੇ ਦਿੱਤੇ ਇਧਰ ਜਿਹੜਾ ਜੰਮ ਸੀ ਉਹ ਉੱਚੀ ਉੱਚੀ ਹੱਸਣ ਲੱਗ ਗਿਆ ਹੁਣ ਉਹ ਆਉਂਦਾ ਵੇਖਦਾ ਹੈ ਮੋਚੀ ਵੇਖਦਾ ਹੈ ਵੀ ਇਹ ਨਾ ਪਾਗਲਾ ਤਰ੍ਹਾਂ ਕਿਉਂ ਹੱਸੀ ਜਾਂਦਾ ਉਹਨੂੰ ਆ ਕੇ ਪੁੱਛਦਾ ਵੀ ਕੀ ਹੋਇਆ ਤੂੰ ਕਿਉਂ ਹੱਸਦਾ ਪਿਆ ਕਹਿੰਦਾ ਕੋਈ ਨਾ ਸਮਾਂ ਆਏਗਾ ਤੇ ਫਿਰ ਤੈਨੂੰ ਦੱਸਾਂਗਾ ਮੋਚੀ ਅਗਲੇ ਦਿਨ ਉਹਨੂੰ ਆਪਣੀ ਝੌਂਪੜੀ ਦੇ ਇੱਕ ਪਾਸੇ ਇੱਕ ਥਾਂ ਬਣੀ ਹੁੰਦੀ ਹੈ ਉੱਥੇ ਉਹ ਨਾ ਜੂ ਬੜੇ ਸਾਰੇ ਬੂਟ ਚਪਲਾਂ ਬਣਾਇਆ ਕਰਦਾ ਉਹ ਨਾ ਜਿਹੜਾ ਮੋਚੀ ਹੁੰਦਾ ਉਹਨੂੰ ਸਿਖਾ ਦਿੰਦਾ ਹੈ ਹੁਣੋਈ ਨੇ ਸੋਨੇ ਬੂਟ ਬਣਾਉਂਦਾ ਹੈ ਨਾ ਵੀ ਸਾਰੇ ਇਲਾਕੇ ਵਿੱਚ ਉਹਦੇ ਕੋਲ ਆ ਕੇ ਲੋਕੀ ਬੂਟ ਪਵਾਉਂਦੇ ਨੇ ਇੱਥੋਂ ਤੱਕ ਕਿ ਰਾਜੇ ਵੀ ਮਹਾਰਾਜੇ ਉਹਦੇ ਕੋਲ ਆ ਕੇ ਬੂਟ ਤਿਆਰ ਕਰਵਾਉਂਦੇ ਨੇ ਐਨੀ ਜਿਆਦੀ ਪ੍ਰਸਿੱਧੀ ਹੋ ਜਾਂਦੀ ਮਹੀਨੇ ਦੇ ਵਿੱਚ ਹੀ ਨਾ ਉਹਦੇ ਘਰ ਦੀ ਕਾਇਆ ਪਲਟ ਹੋ ਜਾਂਦੀ ਹੈ ਵੀ ਉਹ ਧਨਵਾਨ सेठ ਹੋ ਜਾਂਦਾ ਹੁਣ ਸਾਰਾ ਕੰਮ ਇਹੀ ਸਾਬ ਦਾ ਹੁੰਦਾ ਹੈ ਇੱਕ ਦਿਨ ਨਾ ਇੱਕ ਰਾਜੇ ਦੇ ਦੋ ਸਿਪਾਹੀ ਆਉਂਦੇ ਨੇ ਤੇ ਕਹਿੰਦੇ ਆਲੂ ਚਮੜਾ ਇਹ ਬੜਾ ਬੇਸ਼ਕੀਮਤੀ ਚਮੜਾ ਤੇ ਹੋਰ ਹੈ ਵੀ ਨਹੀਂ ਤੇ ਰਾਜੇ ਨੇ ਕਿਹਾ ਇਹਦੇ ਲਾਲ ਮੇਰੇ ਲਈ ਜਲਸਾ ਬਣਾ ਦਿਓ ਤੇ ਉਹ ਵੀ ਬਹੁਤ ਸੋਹਣਾ ਬਣਾਇਓ ਉਹ ਕਹਿੰਦੇ ਸੋਹਣੇ ਵਾਲੀ ਤੇ ਤੁਸੀਂ ਗੱਲ ਹੀ ਛੱਡ ਦਿਓ ਵੀ ਬਹੁਤ ਸੋਹਣਾ ਬਣਾਵਾਂਗੇ ਕਹਿੰਦਾ ਯਾਦ ਰੱਖਿਓ ਵੀ ਇਹਦੀਆਂ ਚਪਲਾ ਨਹੀਂ ਬਣਨੀਆਂ ਚਾਹੀਦੀਆਂ ਕਿਤੇ ਕੋਸ ਨਰਮਦ ਚਪਲਾ ਬਣਜਣ ਇਹਦਾ ਜਲਸਾ ਹੀ ਬਣਾਉਣਾ ਉਹ ਕਹਿੰਦੇ ਜੀ ਠੀਕ ਹੈ ਹੁਣ ਉਹਨੂੰ ਦੇ ਕੇ ਜਾਂਦਾ ਨਾਲੇ ਮੋਚੀ ਨੂੰ ਆ ਕੇ ਜਾਂਦਾ ਇਹਦਾ ਜਲਸਾ ਹੀ ਬਣਾਉਣਾ ਕਿਤੇ ਨਰਮ ਵੇਖ ਕੇ ਚੱਪਲਾ ਨਾ ਬਣਾ ਦੀ ਜਲਸਾ ਮਤਲਬ ਜਲਸਾ ਕਿੰਦੇ ਠੀਕ ਹੈ ਅਗਲੀ ਸਵੇਰ ਹੋਈ ਤੇ ਉਹ ਸਿਪਾਈ ਕਹਿੰਦੇ 12 ਵਜੇ ਆ ਕੇ ਲੈ ਜਾਗੇ ਇਹਨੇ ਕੀ ਕੀਤਾ ਰਾਤ ਨੂੰ ਹੀ ਬੈਠ ਕੇ ਤੇ ਉਹ ਜਿਹੜਾ ਚਮੜਾ ਸੀ ਉਹਦੀਆਂ ਚੱਪਲਾ ਬਣਾ ਕੇ ਤੇ ਰੱਖ ਦਿੱਤੀਆਂ ਹੁਣ ਸਵੇਰੇ ਨਾ 9:00 ਵਜੇ ਜਿਹੜੇ ਰਾਜੇ ਦੇ ਸਿਪਾਈ ਸਨ ਉਹ ਆ ਗਏ ਇਨਿਆਂ ਨੂੰ ਕੀ ਹੁੰਦਾ ਵੀ ਉਹ ਮੋਚੀ ਆ ਕੇ ਵੇਖਦਾ ਵੀ ਉਹ ਚਮੜੇ ਦੇ ਚੱਪਲਾਂ ਬਣੀਆਂ ਪਿਆ ਨੇ ਉਹਨੂੰ ਇੰਨਾ ਗੁੱਸਾ ਹੁੰਦਾ ਵੀ ਤੈਨੂੰ ਪਤਾ ਨਹੀਂ ਰਾਜੇ ਦਾ ਗੁੱਸੇ ਦਾ ਉਹਦੇ ਛੋਟੀ ਜੀ ਗੱਲ ਤੇ ਮੌਤ ਦੀ ਸਜ਼ਾ ਦੇ ਦਿੰਦਾ ਤੇ ਤੂੰ ਤੇ ਉਹਦੀ ਇੰਨਾ ਬੇਸ਼ਕੀਮਤੀ ਚਮੜਾ ਸੀ ਉਹਦੀ ਚੱਪਲਾਂ ਬਣਾ ਕੇ ਰੱਖ ਦਿੱਤੀਆਂ ਨੇ ਉਹ ਲਈ ਡੰਡਾ ਚੁੱਕ ਕੇ ਉਹਨੂੰ ਮਾਰਨ ਭੱਜਦਾ ਇਨਿਆਂ ਨੂੰ ਸਿਪਾਈ ਬੁਹੇ ਦੇ ਅੱਗੇ ਆ ਖੜ ਜਾਂਦੇ ਕਿੰਦੇ ਵੀ ਅਸੀਂ ਤੈਨੂੰ ਇਹ ਆਖਣਾ ਆਏ ਸੀ ਵੀ ਰਾਜ ਨੇ ਜਿਹੜਾ ਚਮੜਾ ਦਿੱਤਾ ਹੈ ਨਾ ਉਹਦੀ ਚੱਪਲਾਂ ਹੀ ਬਣਾਇਓ ਵੀ ਉਹਦਾ ਜਲਸਾ ਨਾ ਬਣਾਇਓ ਕਿਉਂਕਿ ਰਾਜਾ ਕਾਲਚਲਾ ਨੇ ਕਰ ਗਿਆ ਤੇ ਆਪਣੇ ਨਗਰ ਦਾ ਤੈਨੂੰ ਪਤਾ ਹੀ ਹੈ ਵੀ ਜਦੋਂ ਕੋਈ ਕਾਲਚਲਾ ਨੇ ਕਰਦਾ ਉਹਨੂੰ ਨਵੀਂ ਚੱਪਲ ਪਾਈ ਜਾਂਦੀ ਉਹਦੇ ਸਾਚ ਸਾ ਆਇਆ ਉਹ ਕੁਝ ਸਮੇਂ ਬਾਅਦ ਉਹ ਸਿਪਾਈ ਚਲੇ ਗਏ ਤੈਨੂੰ ਚੱਪਲਾਂ ਉੱਤੇ ਰੱਖ ਦਿੱਤੀ ਉਹ ਫਿਰ ਬੜੀ ਜ਼ੋਰ-ਜ਼ੋਰ ਕੇ ਹੱਸਦਾ ਉਹਨੂੰ ਹੱਸਦਾ ਵੇਖ ਕੇ ਉਹ ਮੋਝੇ ਸਮਝਦਾ ਵੀ ਤੇ ਪਾਗਲ ਹੈ ਇੰਨਾ ਇੰਦੀ ਪੈੜੀ ਸਥਿਤੀ ਹੋ ਗਈ ਸੀ ਮੈਨੂੰ ਮਾਰਨ ਤੱਕ ਗਿਆ ਤੇ ਕਮਲਾ ਤਰ੍ਹਾਂ ਫਿਰ ਹੱਸਦਾ ਪਿਆ ਹੁਣ ਕੀ ਹੁੰਦਾ ਹੈ ਵੀ ਕੁਝ ਦਿਨ ਲੰਘਦੇ ਨੇ ਤੇ ਕਮਾਈ ਨਾ ਇੱਕ ਤਿੰਨ ਜਵਾਕੜੀਆਂ ਦੇ ਨਾਲ ਉੱਥੇ ਨਾ ਬੇਸ਼ਕੀਮਤੀ ਜੋੜੇ ਬਣਾਣ ਦੇਣ ਆਉਂਦੀ। ਉਹ ਪਛਾਣ ਵੇਖਦਿਆਂ ਸਾਰ ਜਾਂ ਪਛਾਣ ਜਾਂਦਾ ਵੀ ਇਹ ਉਹੀ ਤਿੰਨ ਕੁੜੀਆਂ ਨੇ। ਉਹ ਐਵੇਂ ਗੱਲਾਂ-ਗੱਲਾਂ ਚ ਨਾਲ ਪੁੱਛਦਾ ਹੈ ਵੀ ਇਹ ਮਾਈ ਵੀ ਤੂੰ ਇਹਨਾਂ ਤਿੰਨਾਂ ਲਈ ਕੱਪੜੇ ਬਣਵਾਉਣ ਆਈ ਏ ਵੀ ਕੋਈ ਖਾਸ ਫੰਕਸ਼ਨ ਏ। ਕਹਿੰਦੀ ਹਾਂ ਪੁੱਤ ਵੀ ਮੈਨਾ ਮੇਰੀ ਵੱਡੀ ਕੁੜੀ ਦਾ ਵਿਆਹ ਏ ਤੇ ਉਹਦੇ ਕਰਕੇ ਮੈਂ ਦਾ ਜੋੜਾ ਤੇ ਜੁੱਤੀ ਬਣਵਾਉਣ ਆਈ ਏ ਨਾਲ ਮੈਂ ਦੁੱਧਿਆਂ ਦੇ ਵੀ ਬਣਾਣੇ ਨੇ। ਓ ਕਿਨੇ ਮਾਈ ਵੀ ਤੇਰੀਆਂ ਧੀਆਂ ਜਣੀਆਂ ਨੇ ਬੜੀਆਂ ਹੋਵੀਆਂ ਨੇ ਵੀ ਪਿਆਰੀਆਂ ਨੇ ਕਿਤੇ ਵਰਗੀਆਂ ਨੇ ਤਾਂ ਸਾਰੀ ਗੱਲ ਦੱਸਦੀ ਪੁੱਤ ਵੀ ਇੱਕ ਮੈਂ ਨਗਰ ਦੇ ਵਿੱਚੋਂ ਲੰਘ ਕੇ ਜਾਂਦੀ ਸੀ ਤੇ ਮਿੰਦਰ ਤੋਂ ਨਗਰ ਵਿੱਚੋਂ ਲੰਘ ਕੇ ਜਾਂਦੀ ਮੈਂ ਚੀਕ ਚੰਗੇ ਆੜਾ ਜਵਾਕਾਂ ਦਾ ਸੁਣਿਆ ਮੈਂ ਕੋਲ ਜਾ ਕੇ ਦੇਖਿਆ ਤੇ ਇਹਨਾਂ ਦੀ ਮਾਂ ਜਿਹੜੀ ਸੀ ਆਕਾਲ ਚਲਾ ਨੇ ਕਰ ਗਈ ਸੀ ਮੈਂ ਨਾਲ ਦੀ ਨਗਰ ਵਿੱਚ ਸ਼ਾਹੂਕਾਰ ਦੀ ਘਰ ਵਾਲੀ ਹਾਂ ਮੇਰੇ ਕੋਲ ਸਾਰਾ ਧਨ ਸੰਪਦਾ ਬਸ ਮੇਰੇ ਕੋਲ ਔਲਾਦ ਨਹੀਂ ਸੀ ਤੇ ਮੈਂ ਰੱਬ ਦਾ ਪਾਣਾ ਮੰਨ ਕੇ ਨ ਤਿੰਨਾਂ ਕੁੜੀਆਂ ਨੂੰ ਆਪਣੀ ਔਲਾਦ ਸਮਝ ਲਿਆ ਤੇ ਉਹਦੋਂ ਤੋਂ ਮੈਂ ਇਹਨਾਂ ਨੂੰ ਆਪਣੇ ਨਾਲ ਰੱਖਦੀ ਪਿਆ ਹੁਣ ਸਮਾਂ ਇੰਨੀ ਛੇਤੀ ਆਪਣੀ ਚਾਲ ਚੱਲ ਗਿਆ ਕਿ ਅੱਜ ਇਹ ਵਿਆਹ ਲਾਇਕ ਹੋ ਗਈਏ ਉਹ ਜਦੋਂ ਨੇ ਗੱਲ ਸੁਣੀ ਉਹ ਉੱਚੀ ਉੱਚੀ ਹੱਸਿਆ ਤੇ ਨਾਲੇ ਉਹਨਾਂ ਦੇ ਬੇਸ਼ਕੀਮਤੀ ਜੋੜੇ ਬਣਾ ਕੇ ਉਹਨੂੰ ਦਿੱਤੇ ਉਹ ਜਦੋਂ ਹੱਸਦਾ ਪਿਆ ਸੀ ਨਾ ਤਾਂ ਇੰਨੇ ਨੂੰ ਉਹ ਮੋਚੀ ਕੋਲ ਆਇਆ ਕਿੰਦਾ ਭਰਾਵਾ ਇੱਕ ਗੱਲ ਦੱਸ ਵੀ ਤੂੰ ਪਾਗਲਾ ਤਰ੍ਹਾਂ ਬੇਵਜ੍ਹਾ ਕਿਉਂ ਹੱਸਦਾ ਰਹਿੰਦਾ ਕਿੰਦਾ ਜਿੱਦਣ ਮੈਂ ਤੇਰੇ ਘਰ ਆਇਆ ਸੀ ਮੈਂ ਤੈਨੂੰ ਕਿਹਾ ਸੀ ਨਾ ਵੀ ਮੈਂ ਤੈਨੂੰ ਸਮਾਂ ਆਉਣ ਤੇ ਦੱਸਾਂਗਾ ਤਾਂ ਸੁਣ ਕੀ ਸੀ ਕਹਿੰਦੇ ਅਨੁਸਾਰੀ ਗੱਥਾ ਦੱਸਦਾ ਵੀ ਐਵੇਂ ਮੈਂ ਜਾਮਾ ਮੈਂ ਤੇ ਪ੍ਰਾਣ ਹਰਨ ਆਉਂਦਾ ਮੈਂ ਕਿਸੇ ਦੇ ਪ੍ਰਾਣ ਬਖਸ਼ ਦਿੱਤੇ ਤੇ ਮੈਨੂੰ ਕਿਹਾ ਗਿਆ ਵੀ ਪ੍ਰਾਣ ਨਿਸਨ ਬਖਸ਼ਨੇ ਪਰਮਾਤਮਾ ਜੋ ਕਰਦਾ ਉਹ ਚੰਗਿਆ ਚੰਗਾ ਲਈ ਕਰਦਾ ਤੇ ਤੂੰ ਆਪਣੀ ਜਿਹੜੀ ਨੀਤੀਆਂ ਨੇ ਜਿਤਨੂੰ ਇੰਨਾ ਹੀ ਰੱਖਿਆ ਨਾ ਮਨੁੱਖਾਂ ਨਾਲ ਤੇ ਮੈਨੂੰ ਧਰਤੀ ਤੇ ਸੁੱਟ ਦਿੱਤਾ ਪਹਿਲਾਂ ਮੈਨੂੰ ਤੂੰ ਟੱਕਰਿਆ ਤੂੰ ਘਰ ਲਿਆ ਆ ਕੱਪੜੇ ਲੱਤੇ ਪਵਾ ਕੇ ਤੇਰੀ ਘਰ ਵਾਲੀ ਨੇ ਤੇਰੀ ਕੁੱਤੇ ਖਾਣੀ ਬੇਵਜਾ ਕਰ ਦਿੱਤੀ ਉਹ ਨਹੀਂ ਸੀ ਜਾਣਦੀ ਵੀ ਉਹਦੇ ਕੁਝ ਪੈਸਿਆਂ ਕਰਕੇ ਤੇਰੇ ਇੰਨੇ ਤੇਰੇ ਨਾਲ ਲੜਦੀ ਪਈ ਸੀ ਪਰ ਉਹ ਨਹੀਂ ਸੀ ਜਾਣਦੀ ਵੀ ਮੇਰੇ ਘਰ ਮੇਰੇ ਕਾਰਨ ਤੁਹਾਡੇ ਘਰ ਆਉਣ ਨਾਲ ਤੁਸੀਂ ਇੰਨੇ ਜ਼ਾਦੇ ਧਨਮਾਨ ਤੇ ਸੇਠ ਹੋ ਜਾਣੀ ਸੀ ਮੈਂ ਆਦੀ ਮੂਰਖਤਾ ਤੇ ਹੱਸਦਾ ਪਿਆ ਸੀ ਵੀ ਉਹ 50 ਰੁਪਏ ਦੇ ਖਰਚ ਪਿੱਛੇ ਇੰਨਾ ਅਜ ਰੋਣ ਕਰ ਲਾਉਂਦੀ ਏ ਤੇ ਮੈਂ ਤਾਂ ਤੁਹਾਨੂੰ ਕਰੋੜਪਤੀ ਬਣਾਉਣ ਲਈ ਆਇਆ ਸੀ ਉਹ ਕਹਿੰਦਾ ਅੱਛਾ ਤਾਂ ਹੱਸਿਆ ਸੀ ਫਿਰ ਦੂਸਰੀ ਵਾਰੀ ਕਿਉਂ ਹੱਸਿਆ ਸੀ ਕਿੰਦਾ ਦੁਜੀ ਵਾਰ ਤੂੰ ਮੈਨੂੰ ਡੰਡਾ ਚੁੱਕ ਕੇ ਮਾਰਨ ਪੈ ਗਿਆ ਪਰ ਤੂੰ ਇੱਕ ਵਾਰ ਨਹੀਂ ਸੋਚਿਆ ਮੈਨੂੰ ਪਤਾ ਸੀ ਵੀ ਰਾਜੇ ਕਾਲਚਲਾ ਨੇ ਕਰ ਜਣੇ ਤਾਂ ਕਰਕੇ ਮੈਂ ਸਲੀਪਰ ਬਣਾਏ ਤੇ ਤੈਨੂੰ ਐਸੀ ਵੀ ਉਹਦਾ ਜਲਸਾ ਕਿਉਂ ਨਹੀਂ ਬਣਾਇਆ ਤੂੰ ਡੰਡਾ ਚੁੱਕ ਕੇ ਮੇਰੇ ਪਿੱਛੇ ਪੈ ਗਿਆ ਬਿਨਾਂ ਹਾਲਾਤਾਂ ਦਾ ਜਾਇਜਾ ਲਿਆ ਮੈਂ ਆਪਣੀ ਮੂਰਖਤਾ ਤੇ ਤਾਂ ਹੱਸਿਆ ਕਿੰਦੇ ਤੀਜੀ ਵਾਰ ਜਦੋਂ ਮੈਂ ਉਹ ਬੀਬੀ ਆਏ ਇਸ ਲਈ ਹੱਸਿਆ ਕਿ ਮੈਂ ਤਾਂ ਇਹਨਾਂ ਦੀ ਮਾਂ ਦੇ ਪ੍ਰਾਣ ਬਚਾਉਂਦਾ ਪੈ ਗਿਆ ਜੇ ਉਹ ਬਚ ਜਾਂਦੀ ਨਾ ਤਾਂ ਸਾਰੀ ਉਮਰ ਇਹਨਾਂ ਗਰੀਬੀ 'ਚ ੱੱਕੇ ਖਾਂਦੇ ਰਹਿਣਾ ਸੀ ਤੇ ਇੱਕ ਵਕਤ ਦੀ ਰੋਟੀ ਨਸੀਬ ਨਹੀਂ ਸੀ ਹੋਣੀ ਉਹ ਗਈ ਤੇਨਾਂ ਨੂੰ ਐਸੀ ماں ਮਿਲੀ ਜਿਸ ਤੇ ਇੰਨੀ ਧਨ ਸੰਪਦਾ ਸਾਰਾ ਕੁਝ ਸੀ ਬਿਨਾਂ ਆਪਣੇ ਕਰਮਾਂ ਦਾ ਉਸ ਕਰੋ ਖਾਣਾ ਸੀ ਕਿੰਦਾ ਇਸ ਕਰਕੇ ਮੈਂ ਆਪਣੇ ਮੂਰਖਤਾ ਤੇ ਹੱਸਿਆ ਕਿੰਦੇ ਮੈਨੂੰ ਕਿਹਾ ਸੀ ਵੀ ਤਿੰਨ ਵਾਰ ਜਦੋਂ ਮੈਂ ਆਪਣੀ ਮੂਰਖਤਾ ਤੇ ਹੱਸ ਲਾਂਗਾ ਤਾਂ ਮੈਂ ਵਾਪਸ ਚਲਾ ਜਾਵਾਂਗਾ ਕਬੂਤਰ ਕਬੂਤਰੀ ਨੂੰ ਕਿੰਦਾ ਦੇਖ ਜਿਵੇਂ ਉਹਦੇ ਉਹਨੇ ਕਿਹਾ ਤੇ ਉਹਦੇ ਪਿੱਛੇ ਕੋਈ ਨਾ ਕੋਈ ਚੰਗਾ ਹੀ ਲੁਕਿਆ ਸੀ ਨਾ ਐਵੇਂ ਆਪਣੇ ਆਲ ਨੇ ਵਿੱਚ ਵੀ ਕੁਝ ਨਾ ਕੁਝ ਚੰਗਾ ਹੀ ਲੁਕਿਆ ਹੋਣਾ ਇਨੇ ਕਹਿੰਦੀ ਧੇਰ ਸੀ ਕਿ ਦੇਖ ਤੇ ਕਿ ਵੱਡਾ ਸਾਰਾ ਸਪਨਾ ਉਹ ਜਿਹੜਾ ਦਰਖਤ ਦੇ ਖੋਖਲੇ ਦੇ ਵਿੱਚ ਆ ਕੇ ਤੇ ਬੈਠ ਜਾਂਦਾ ਕਹਿੰਦਾ ਉਹ ਥੱਲੇ ਦੇਖ ਉਹ ਤੇ ਇੱਕ ਸੱਪ ਕਹਿੰਦੇ ਹੁਣ ਇੱਥੇ ਆਇਆ ਨਾ ਇਨੇ ਇੱਥੇ ਆਪਣੇ ਜਿਹੜਾ ਦਰਖਤ ਹੈ ਨਾ ਇਹਦੀ ਜੜ੍ਹ ਥੱਲੇ ਹੀ ਰਹਿਣਾ ਹੌਲੀ ਹੌਲੀ ਨੇ ਉੱਪਰ ਤੇ ਵੀ ਆਣਾ ਸੀ ਜਦੋਂ ਆਪਾਂ ਆਲੇ ਨੇ ਚ ਬੱਚੇ ਦੇਣੇ ਸਨ ਇਨੇ ਆ ਕੇ ਉਹਨੂੰ ਖਾ ਵੀ ਜਾਣਾ ਸੀ ਇਸ ਕਰਕੇ ਸ਼ੁਕਰ ਹੋਇਆ ਤੋ ਇੱਥੇ ਨਹੀਂ ਦਿੱਤੇ ਤੇ ਆਪਾਂ ਕਿਤੇ ਹੋਰ ਜਾਵਾਂਗੇ ਇਸ ਕਰਕੇ ਕਹਿੰਦੇ ਆ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਪਰਮਾਤਮਾ ਜਰੂਰ ਬੇਰੇ ਆਪਣੇ ਜੋ ਬੇੜੀ ਹੈ ਨਾ ਉਹ ਪਾਰ ਲਾਉਣਗੇ